ਮੈਨੂੰ ਦੁਨੀਆ 'ਚ ਇੱਕ ਇਨਸਾਨ ਦਾ ਨਾਮ ਲੈ ਕੇ ਦੱਸ ਜਿਹਨੂੰ ਕੋਈ ਟੈਨਸ਼ਨ ਨਹੀਂ ਹੈਗੀ। ਹਰ ਬੰਦਾ ਦੁਖੀ ਹੈ। ਇੱਕ ਤਾਂ ਸਮਝ ਹੀ ਨਹੀਂ ਆ ਰਿਹਾ ਕਿਹੜਾ ਸਮਾਨ ਕਿੱਥੇ ਰੱਖਣਾ, ਕਿਹੜਾ ਕਿੱਥੋਂ ਚੱਕਣਾ, ਸਾਰਾ ਕੰਮ ਮੈਨੂੰ ਇਕੱਲੇ ਨੂੰ ਕਰਨਾ ਪੈਂਦਾ। ਵੀਰੇ ਦੀ ਸਮਝਾਈ ਹੋਈ ਹਰ ਇੱਕ ਗੱਲ ਅੱਜ ਮੇਰੇ ਕੰਮ ਆ ਰਹੀ ਹੈ। ਕੀ ਗੱਲ ਹੋ ਗਈ ਸੀ ਉਹਨਾਂ? ਠੀਕ ਆ ਤੂੰ ਵੀਰੇ? ਹਾਂ ਠੀਕ ਆ, ਚਲੋ ਕੋਈ ਕੰਮ ਆ। ਇੱਕ ਮਿੰਟ ਗੱਲ ਸੁਣ, ਜਾਣਾ ਕਿੱਥੇ ਆ ਵੀਰੇ? ਇੱਕ ਦਿਨ ਤੁਹਾਡਾ ਦਿਮਾਗ ਖਰਾਬ ਆ, ਜੇ ਤੁਹਾਨੂੰ ਕਿਹਾ ਨਾ ਕੋਈ ਕੰਮ ਆ ਤਾਂ ਹੀ ਲੈ ਕੇ ਚੱਲੀ ਆ। ਮੈਂ ਨਾਲ ਹੀ ਆ ਤੁਹਾਡੇ, ਮੈਂ ਦੂਰ ਕਦੋਂ ਹੋਇਆ ਮੈਨੂੰ ਇਹ ਦੱਸੋ। ਕਮੀ ਤਾਂ ਵੀਰ ਸਾਰਿਆਂ ਨੂੰ ਮਹਿਸੂਸ ਹੁੰਦੀ ਹੈ, ਕੋਈ ਸ਼ੋਅ ਆਫ ਕਰ ਦਿੰਦਾ, ਕੋਈ ਆਪਣੇ ਅੰਦਰ ਹੀ ਲੁਕੋ ਲੈਂਦਾ। ਮੇਰੇ ਕੀ ਮਿਸਾਲ ਦਿੰਦੇ ਹੁੰਦੇ ਸੀਗੇ ਵੀ ਇਹਨਾਂ ਦੋਨਾਂ ਭਰਾਵਾਂ ਵਰਗਾ ਪਿਆਰ ਕਿਤੇ ਨਹੀਂ ਹੈਗਾ। ਅੱਜ ਉਹੀ ਬੰਦੇ ਇਹ ਗੱਲ ਕਰਦੇ ਆ ਵੀ ਛੋਟੇ ਭਰਾ ਨੇ ਵੱਡੇ ਭਰਾ ਨੂੰ ਦੁਕਾਨ ਤੋਂ ਕੱਢਤਾ। ਸੁਰਿੰਦਰ ਜੀ, ਹਾਂਜੀ, ਕੀ ਹੋ ਰਿਹਾ ਹੈ? ਇਹ ਕੀ ਹੋ ਰਿਹਾ? ਬਸ ਉਹੀ ਆਨਲਾਈਨ ਕਰ ਰਿਹਾ ਸੀ, ਨਵੇਂ ਆਰਟੀਕਲ ਜਿਹੜੇ ਆਏ ਨਾ ਉਹ ਅਪਲੋਡ ਕਰ ਰਿਹਾ ਸੀਗਾ। ਮੈਨੂੰ ਦੱਸ, ਕਰਦਾ ਕੀ ਰਹਿੰਦਾ? ਸਾਰਾ ਦਿਨ ਕੰਪਿਊਟਰ ਦੇ ਵਿੱਚ ਵੜਿਆ ਰਹਿੰਦਾ, ਕਦੀ ਉਹ ਕਰ ਲਿਆ, ਕਦੀ ਉਹ ਕਰ ਲਿਆ, ਕੀ ਚੱਕਰ ਕੀ ਹੈ? ਇਹ ਦੱਸੋ ਜੀ, ਮੈਂ ਸਾਰੀਆਂ ਚੀਜ਼ਾਂ ਨੂੰ ਨਾ ਆਨਲਾਈਨ ਪਾ ਰਿਹਾ। ਸਾਰੀਆਂ ਚੀਜ਼ਾਂ ਨੂੰ? ਮਤਲਬ ਜਿੰਨੇ ਵੀ ਆਪਣੇ ਆਰਟੀਕਲ ਆਉਂਦੇ ਨੇ, ਅੱਛਾ, ਇਹਨੂੰ ਆਨਲਾਈਨ ਅਪਡੇਟ ਕਰਦਾ। ਓਕੇ, ਉਤੋਂ ਆਪਾਂ ਨੂੰ ਇਨਕੁਆਇਰੀ ਆਉਂਦੀ, ਕਸਟਮਰ ਆਉਂਦਾ। ਓਕੇ, ਹਾਂ, ਇਹਦੇ ਨਾਲ ਮਤਲਬ ਤੁਹਾਨੂੰ ਮੈਂ ਸਮਝਾ ਹੀ ਦਿੰਦਾ। ਚਲੋ ਤੁਸੀਂ ਪੁੱਛਿਆ, ਆਪਾਂ ਬਣਾਇਆ ਚੈਨਲ, ਇਹ ਬਣਦੇ ਨੇ ਜਿਵੇਂ ਅਲੱਗ ਅਲੱਗ ਐਪਸ ਨੇ, ਇੰਸਟਾਗ੍ਰਾਮ ਹੋ ਗਿਆ, ਫੇਸਬੁੱਕ ਹੋ ਗਿਆ, ਹਨਾ, ਸੋਸ਼ਲ ਮੀਡੀਆ ਜਿਹੜਾ, ਸੋਸ਼ਲ ਮੀਡੀਆ, ਸੋਸ਼ਲ ਮੀਡੀਆ 'ਤੇ ਕੰਮ ਰਹਿ ਗਿਆ। ਓਕੇ, ਇੰਸਟਾਗ੍ਰਾਮ 'ਤੇ ਮੈਂ ਚੈਨਲ ਬਣਾਇਆ JP ਪੰਜਾਬੀ ਟੀ ਸ਼ਰਟਸ, ਇੱਦਾਂ ਹੀ ਸੇਮ ਬਣਾਇਆ ਮੈਂ ਫੇਸਬੁੱਕ 'ਤੇ JP ਪੰਜਾਬੀ ਟੀ ਸ਼ਰਟ। ਵੈਰੀ ਗੁੱਡ। ਜਿਵੇਂ ਆਪਾਂ ਪਹਿਲਾਂ ਟੀ ਸ਼ਰਟਸ ਬਣਾਈਆਂ, ਲਾਈਕਰਾ ਵੀ ਆ, ਕੋਟਨ ਵੀ ਆ, ਪਿਓਰ ਕੋਟਨ, ਹਨਾ, ਅਤੇ ਸਟਾਲ ਹੈ, ਸ਼ੋਲ ਹੈ, ਸਾਰੇ ਅਪਡੇਟ ਕਰ, ਸਾਰੇ ਅਪਡੇਟ। ਹਾਂ, ਹੁਣ ਜਿਹੜਾ ਆਪਾਂ ਆਹ ਬਣਾਇਆ ਕੱਲ੍ਹ ਲੇਡੀਜ਼ ਵਾਲਾ ਕਰੋਪ ਟੌਪ, ਇਹ ਵੀ ਜਿਹੜਾ ਹੈ, ਹਾਂ, ਇਹਦੀ ਡਿਮਾਂਡ ਆ ਰਹੀ ਸੀਗੀ, ਕਹਿੰਦੇ ਤੁਸੀਂ ਲੇਡੀਜ਼ ਵਾਸਤੇ ਘੱਟ ਸਮਾਨ ਬਣਾ ਰਹੇ ਹੋ। ਨਹੀਂ ਨਹੀਂ, ਬਹੁਤ ਆਈਟਮਾਂ ਜਿਹੜੀਆਂ ਸਾਰੀਆਂ ਸਾਰੀਆਂ ਕਰਤੀਆਂ, ਸਾਰੀਆਂ ਅਪਡੇਟ ਹੋ ਗਈਆਂ ਨੇ ਮੇਰੇ ਹਿਸਾਬ ਨਾਲ, ਸ਼ਾਮ ਤੱਕ ਇਨਕੁਆਇਰੀ ਆਣੀ ਸ਼ੁਰੂ ਹੋ ਜਾਵੇਗੀ। ਠੀਕ ਹੈ, ਬਹੁਤ ਵਧੀਆ ਗੱਲ ਹੈ ਫਿਰ ਤਾਂ, ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ। ਕਿਉਂਕਿ ਆਫਲਾਈਨ ਦੇ ਨਾਲ ਨਾਲ ਆਨਲਾਈਨ ਦੇ ਵਿੱਚ ਕੀ ਆ, ਤੁਹਾਨੂੰ ਨਾ CA ਦੱਸੂਗਾ ਕਿ ਕਿੰਨਾ ਆਨਲਾਈਨ ਆਰਡਰ ਨਾਲ ਆਪਣਾ ਇਨਕਮ ਹੋ ਰਹੀ ਆ ਅਤੇ ਕਿੰਨੀ ਆਫਲਾਈਨ ਨਾਲ ਆ ਰਹੀ ਆ। ਵੈਰੀ ਗੁੱਡ, ਇਹ ਤਾਂ ਬਹੁਤ ਵਧੀਆ ਗੱਲ ਹੈ, ਅੱਜ ਕੱਲ੍ਹ ਦੇ ਜ਼ਮਾਨੇ ਦੇ ਨਾਲ ਚੱਲਣਾ ਪੈਂਦਾ ਹੈ। ਗੁੱਡ ਹੈ ਤੂੰ ਫਿਰ, ਬੱਲੇ ਬੱਲੇ ਆ ਤੇਰੀ ਤਾਂ। ਮੈਂ ਨਾ ਸੱਚ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ, ਮੇਰੇ ਦਿਮਾਗ 'ਚ ਚੱਲਦੀ ਪਈ ਸੀ, ਮੈਂ ਸੋਚਿਆ ਤੁਹਾਡੇ ਤੋਂ ਸਲਾਹ ਲਵਾਂ। ਹਾਂ ਦੱਸੋ, ਜ਼ਰੂਰ ਜ਼ਰੂਰ। ਹੁਣ ਉੱਧਰੋਂ ਸੁਨੇਹੇ ਆ ਰਹੇ ਨੇ ਦੁਕਾਨ ਤੋਂ। ਅੱਛਾ, ਪਹਿਲਾਂ ਸਨੀ ਆਇਆ ਘਰੇ, ਕਹਿੰਦਾ ਵੀਰੇ ਦੁਕਾਨ 'ਤੇ ਆਓ। ਉਦੋਂ ਬਾਅਦ ਉਹ ਆਏ ਆਪਣੀ ਸਿਮਰਨ ਅਤੇ ਲਾਡੀ, ਜਿੰਨੇ ਭੈਣ ਭਰਾ ਆਪਣੇ ਨਾਲ ਕੰਮ ਕਰਦੇ ਨੇ। ਕੀ ਕਰਨਾ ਚਾਹੀਦਾ? ਕਹਿੰਦੇ ਕੀ ਹੈ? ਕਹਿੰਦੇ ਦੁਕਾਨ 'ਤੇ ਆਓ, ਭਰਾਵਾਂ ਦਾ ਪਿਆਰ ਬਣਿਆ ਰਹੇ, ਬਸ ਉਹ ਤਾਂ ਚਾਹੁੰਦੇ ਫੈਮਿਲੀ ਇਕੱਠੀ ਰਹੇ ਉੱਥੇ। ਤਾਂ ਮੈਂ ਕਿਹਾ ਤੁਹਾਡੇ ਨਾਲ ਸਲਾਹ ਕਰਾਂ, ਕੀ ਕਰਨਾ ਚਾਹੀਦਾ ਮੈਨੂੰ? ਪਹਿਲੇ ਤਾਂ ਇਹ ਦੱਸੋ, ਗੱਲ ਹੋਈ ਕੀ ਸੀ ਤੁਹਾਨੂੰ? ਕੀ ਗੱਲ ਲੱਗਿਆ ਕੀ ਸੀ? ਮਤਲਬ ਗੱਲ ਛੋਟੀ ਜਿਹੀ ਹੋਈ ਸੀ, ਆਹੀ ਜਿਹੜੇ ਬੰਦੇ ਮਨਾਉਣ ਆ ਰਹੇ ਨੇ ਇਹਨਾਂ ਦਾ ਹੀ ਪੰਗਾ ਪਾਇਆ ਹੋਇਆ ਸੀ। ਕੋਈ ਕਹਿੰਦਾ ਜੀ ਤਨਖਾਹ ਵਧਾਓ, ਬਾਵੇ ਨੂੰ ਐਂ ਲੱਗਦਾ ਸੀਗਾ ਕਿ ਮੇਰਾ ਨਾਮ ਨਹੀਂ ਚੱਲ ਰਿਹਾ, ਮੈਂ ਕੰਮ ਚਲਾਉਣਾ, ਵੀਰਾ ਆਪੇ ਪ੍ਰਧਾਨ ਬਣਿਆ ਫਿਰਦਾ। ਅੱਛਾ, ਬਸ ਇਹੀ ਗੱਲ ਸੀਗੀ, ਹੋਰ ਤਾਂ ਕੋਈ ਵੱਡੀ ਗੱਲ ਹੀ ਨਹੀਂ ਸੀ। ਭਰਾਵਾਂ 'ਚ ਇੰਨੀ ਗੱਲ ਮੈਂ ਨਹੀਂ ਮੰਨਦਾ, ਇੰਨੀ ਗੱਲ ਹੋਏਗੀ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਹੈ, ਇੱਦਾਂ ਹੋਣੇ ਨਹੀਂ ਚਾਹੀਦਾ। ਤੁਹਾਨੂੰ ਕੀ ਲੱਗਦਾ, ਗੱਲ ਕੋਈ ਹੋਰ ਆ ਵਿੱਚ? ਗੱਲ ਕੋਈ ਹੋਰ ਹੋਊਗੀ ਜ਼ਰੂਰ। ਬਾਵੇ ਨੇ ਫੋਨ ਕੀਤਾ ਤੈਨੂੰ? ਨਹੀਂ, ਬਾਵੇ ਨੇ ਨਹੀਂ ਕੀਤਾ। ਬਾਵੇ ਨੇ ਫੋਨ ਹੀ ਨਹੀਂ ਕੀਤਾ? ਇੱਕ ਵਾਰੀ ਗੱਲ ਹੋਣ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਹੋਈ ਨਹੀਂ। ਅੱਛਾ, ਮਤਲਬ ਤੁਹਾਡੇ ਕਹਿਣ ਦਾ ਇਹ ਹੈ ਕਿ ਗੱਲ ਵਿੱਚ ਕੋਈ ਹੋਰ ਹੈ? ਹੋਰ ਹੈ ਗੱਲ, ਉਹ ਗੱਲ ਪਤਾ ਕਰੋ, ਇਹਦੇ ਬਾਰੇ ਆਪਾਂ ਡੂੰਘਾਈ 'ਚ ਜਾ ਸਕਦੇ ਹਾਂ। ਇਹ ਬਾਵਾ ਛੋਟੀ ਮੋਟੀ ਗੱਲ 'ਤੇ ਤੁਹਾਨੂੰ ਇੱਦਾਂ ਦੀ ਗੱਲ ਤਾਂ ਕਹਿਣ ਵਾਲਾ ਹੈ ਨਹੀਂ ਸੀਗਾ। ਸਹੀ ਗੱਲ ਕਹਿ ਰਹੇ ਹੋ ਤੁਸੀਂ, ਆਪਾਂ ਇੰਨਾ ਪੁਰਾਣਾ ਪਿਆਰ ਹੈ, ਦੁਕਾਨ ਚੱਲਦੀ ਹੈ, ਸਾਰਾ ਕੁਛ ਕੰਮ ਠੀਕ ਹੈ, ਬਿਜ਼ਨਸ ਵਧੀਆ ਚੱਲ ਰਿਹਾ, ਵੀ ਭਰਾ ਨੂੰ ਇੰਨੀ ਗੱਲ ਕਹਿਣੀ, ਉਹਨੂੰ 10 ਵਾਰੀ ਸੋਚਣਾ ਪੈਣਾ। ਗੱਲ ਕੋਈ ਹੋਰ ਹੈ, ਗੱਲ ਦਾ ਪਹਿਲੇ ਪਤਾ ਕਰੋ, ਫਿਰ ਅਗਲਾ ਸਟੈਪ ਲਓ। ਜਾਓ, ਕੋਈ ਚੱਕਰ ਨਹੀਂ, ਜਾਣਾ ਉੱਥੇ ਵੀ ਆਪਾਂ ਇਹ ਕੰਮ ਕਰ ਹੀ ਸਕਦੇ ਹਾਂ, ਉੱਥੇ ਵੀ ਕਰ ਸਕਦੇ ਹਾਂ, ਉਹਦੀ ਕੀ ਦਿੱਕਤ ਹੈ? ਗੱਲ ਤਾਂ ਤੁਹਾਡੀ ਸਹੀ ਹੈ, ਸਾਰਾ ਆਨਲਾਈਨ, ਆਨਲਾਈਨ ਦਾ ਬੰਦਾ ਘਰੇ ਬਹਿ ਕੇ ਵੀ ਕਰ ਲੈਂਦਾ, ਉਹ ਜਿੱਥੇ ਮਰਜ਼ੀ ਕਰ ਸਕਦੇ ਆਪਾਂ, ਉਹਦੀ ਕੋਈ ਚੱਕਰ ਨਹੀਂ। ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਕੋਈ ਵਿਚਲੀ ਗੱਲ ਹੈ, ਕੋਈ ਹੈ, ਜ਼ਰੂਰ ਹੈ, ਇਹਦੇ ਬਗੈਰ ਪਤਾ ਕਰੀਏ, ਉਹ ਤਾਂ ਪਤਾ ਕਰਨੀ ਪੈਣੀ ਹੈ। ਅੱਛਾ, ਮੇਰੇ ਦਿਮਾਗ 'ਚ ਚੀਜ਼ ਨਹੀਂ ਆਈ, ਕਿਉਂਕਿ ਤਾਂ ਹੀ ਆ ਕਹਿੰਦੇ ਸਿਆਣਾ ਬੰਦਾ ਸਿਆਣੀ ਸਲਾਹ ਹੀ ਦਿੰਦਾ। ਮੈਨੂੰ ਹੁਣ ਉਹ ਚੀਜ਼ ਪਤਾ ਕਰਨੀ ਚਾਹੀਦੀ, ਉਹ ਪਤਾ ਤਾਂ ਹੀ ਲੱਗੂਗੀ ਜੇ ਬਾਵੇ ਨਾਲ ਗੱਲ ਕਰੇਗਾ ਤਾਂ।
ਪਤਾ ਕੀ ਆ ਸੱਚਾ ਜੀ, ਮੈਂ ਉਸ ਤੋਂ ਸਟੈਪ ਤਾਂ ਲਿਆ ਸੀਗਾ ਉਸ ਜਗ੍ਹਾ ਤੋਂ ਕਿ ਮਾਰਕੀਟ ਦੇ ਵਿੱਚ ਬਦਨਾਮੀ ਨਾ ਹੋਵੇ। ਜੇ ਅਸੀਂ ਉੱਥੇ ਲੜਾਈ ਝਗੜਾ ਕਰਦੇ, ਉੱਚੀ ਉੱਚੀ ਬੋਲਦੇ, ਤਾਂ ਲੋਕਾਂ ਨੇ ਤਾਂ ਸਵਾਦ ਲੈਣਾ ਸੀ। ਹਾਂ, ਲੋਕੀ ਤਾਂ ਸਵਾਦ ਲੈਂਦੇ ਆ, ਭਰਾਵਾਂ ਦੀ ਲੜਾਈ ਹੋਵੇ ਲੋਕੀ ਜ਼ਰੂਰ ਸਵਾਦ ਲੈਂਦੇ ਆ, ਗੱਲ ਪੱਕੀ। ਲੋਕਾਂ ਨੇ ਕਹਿਣਾ ਗਵੰਡੀ ਬਹੁਤ, ਭਾਵੇਂ ਆਪਣੇ ਮੂੰਹ ਤੇ ਆਪਣਾ ਬਣੀ ਜਾਣ, ਪਿੱਠ ਪਿੱਛੇ ਤਾਂ ਉਹਨਾਂ ਨੇ ਚੁਗਲੀਆਂ ਕਰਨੀਆਂ। ਉਹੀ ਮੈਨੂੰ ਉਹ ਕਹਿ ਕੇ ਗਏ ਨੇ ਸਿਮਰਨ ਹੁਣੇ ਕਿ ਕਹਿੰਦੇ ਛੋਟੇ ਭਰਾ ਨੇ ਦੁਕਾਨ ਸਾਂਭ ਲਈ ਜੀ, ਵੱਡਾ ਕੱਢਤਾ। ਫਿਰ ਤੁਹਾਨੂੰ ਪਤਾ ਇਹ ਚੀਜ਼ਾਂ ਨਾ ਅੱਗੇ ਜਾ ਕੇ ਫਿਰ ਫੈਮਲੀਆਂ 'ਚ ਵੀ ਵੰਡੀਆਂ। ਕੱਲ੍ਹ ਨੂੰ ਉਹਦਾ ਵੀ ਵਿਆਹ ਹੋਣਾ, ਮੇਰਾ ਵੀ ਹਜੇ ਹੋਣਾ, ਹੈ ਨਾ। ਫਿਰ ਉਹ ਫਿਰ ਫੈਮਲੀ ਵੰਡੀਆਂ ਪੈ ਜਾਣਗੀਆਂ। ਮੈਂ ਨਹੀਂ ਚਾਹੁੰਦਾ ਕਿ ਅੱਗੇ ਵਾਲੇ ਪਰਿਵਾਰ ਖਰਾਬ ਹੋਣ। ਇਸ ਬਾਰੇ ਤਾਂ ਗੱਲ ਕਰਨੀ ਪੈਣੀ ਹੈ, ਪਹਿਲੇ ਸੋਚੋ, ਗੱਲ ਕਰੋ। ਕੋਈ ਗੱਲ ਨਹੀਂ, ਕੰਮ ਉੱਥੇ ਕਰੋ ਚਾਹੇ ਇੱਥੇ ਕਰੋ, ਜਿੱਦਾਂ ਤੂੰ ਆਇਆ ਵਧੀਆ ਕੰਮ ਕਰ ਰਿਹਾ, ਤੂੰ ਤਾਂ ਸਾਨੂੰ ਆਰਡਰ ਇੰਨੇ ਆ ਰਹੇ, ਆਪਣੇ ਹਿਸਾਬ ਨਾਲ ਤੂੰ ਸੈਟਿੰਗ ਕਰ ਹੀ ਲਈ ਹੈ। ਬਾਕੀ ਅੱਗੋਂ ਆਪਾਂ ਪੂਰੀ ਹੈਲਪ ਕਰਾਂਗੇ, ਜਿੱਦਾਂ ਤੁਹਾਨੂੰ ਦਿਲ ਕਰੇਗਾ ਉੱਥੇ ਕਰ। ਮੈਂ ਤੁਹਾਡੀ ਗੱਲ 'ਤੇ ਗੌਰ ਕਰੂੰਗਾ, ਇੱਕ ਵਾਰੀ ਮਿਲਣਾ ਜ਼ਰੂਰ। ਬਾਕੀ ਇਹਦਾ ਨਾ ਮੈਂ ਤੁਹਾਡਾ ਲੌਗਇਨ ਜਿਹੜਾ ਨਾ ਮੋਬਾਈਲ 'ਚ ਵੀ ਕਰ ਦੂੰਗਾ। ਓਕੇ, ਕਈ ਵਾਰੀ ਜੇ ਮੈਂ ਇੱਧਰ ਉੱਧਰ ਵੀ ਹੁੰਦਾ ਨਾ ਤਾਂ ਤੁਹਾਨੂੰ ਇਹਦੇ ਵਿੱਚ ਤੁਹਾਡੇ ਮੈਸੇਜ ਆ ਜਾ ਕਰੂਗਾ, ਤੁਸੀਂ ਉੱਥੋਂ ਦੀ ਓਪਰੇਟ ਕਰ ਸਕਦੇ। ਓਕੇ, ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ, ਕਰੋ, ਕੰਟੀਨਿਊ ਕਰੋ। ਠੀਕ। ਬਾਬੇ। ਹਾਂਜੀ ਭਾਅ ਜੀ। 2 ਮਿੰਟ ਗੱਲ ਕਰਨੀ ਆ। ਬੋਲੋ। ਕਿੱਧਰ ਜਾ ਰਿਹਾ? ਦੁਕਾਨ 'ਤੇ ਵੀਰੇ। ਕਿਵੇਂ ਚੱਲਦਾ ਕੰਮ? ਕੰਮ ਵੀਰੇ ਵਧੀਆ ਚੱਲ ਰਿਹਾ ਵਾ। ਕੋਈ ਦਿੱਕਤ, ਕੋਈ ਪਰੇਸ਼ਾਨੀ? ਨਹੀਂ ਵੀਰੇ, ਹੁਣ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ। ਮੈਨੂੰ ਦਿੱਕਤ ਆ ਰਹੀ ਥੋੜ੍ਹੀ ਬਹੁਤ। ਕੀ ਦਿੱਕਤ ਆ ਰਹੀ ਭਾਜੀ? ਦੇਖ ਬਾਵੇ, ਜਦੋਂ ਇਹ ਗੱਲ ਹੋਈ ਸੀ ਅੱਜ ਤੋਂ 15-20 ਦਿਨ ਪਹਿਲਾਂ, ਮੈਨੂੰ ਸਿਰਫ ਇੱਕੋ ਹੀ ਡਰ ਸੀਗਾ, ਤਾਂ ਹੀ ਮੈਂ ਕੁਝ ਜ਼ਿਆਦਾ ਬੋਲਿਆ ਨਹੀਂ, ਮੈਂ ਆਪਣਾ ਬੈਕ ਸਟੈਪ ਲੈ ਲਿਆ ਸੀਗਾ। ਠੀਕ ਆ, ਮੈਂ ਤੈਨੂੰ ਇੱਕ ਵਾਰੀ ਵੀ ਇਹ ਨਹੀਂ ਕਿਹਾ ਕਿ ਮੈਂ ਦੁਕਾਨ 'ਤੇ ਆਉਣਾ। ਠੀਕ ਆ, ਨਾ ਤੂੰ ਮੈਨੂੰ ਫੋਨ ਕਰਕੇ ਕਿਹਾ ਕਿ ਦੁਕਾਨ 'ਤੇ ਆਓ। ਹਾਲਾਂਕਿ ਸਾਰਾ ਕੰਮ ਸੈੱਟ ਕਰਨ 'ਚ ਮੈਂ ਅਤੇ ਮੇਰਾ ਰੱਬ ਜਾਣਦੇ ਹਾਂ ਅਸੀਂ ਕੀ ਕੁਛ ਕੀਤਾ। ਠੀਕ ਹੈ, ਪਰ ਜਿਹੜੀ ਚੀਜ਼ ਦਾ ਡਰ ਸੀਗਾ ਉਹੀ ਹੋ ਰਹੀ ਹੈ। ਸਮਾਜ ਦੇ ਵਿੱਚ ਜਿਹੜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸੀ ਉਹੀ ਹੋ ਰਹੀਆਂ ਨੇ। ਤੈਨੂੰ ਪਤਾ ਕਿਸੇ ਟਾਈਮ ਲੋਕ ਸੜਦੇ ਹੁੰਦੇ ਸੀ ਆਪਾਂ ਨੂੰ ਆਹ ਗੱਲਾਂ ਦੇਖ ਕੇ ਕਿ ਇਹਨਾਂ ਭਰਾਵਾਂ ਦੀ ਬਣਦੀ ਕਿਵੇਂ ਆ। ਕਦੇ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਦੁਕਾਨ ਦੇ ਉੱਤੇ ਦੋਨੇ ਭਰਾ ਸਾਂਭਦੇ, ਕਦੇ ਕੋਈ ਪੈਸੇ ਕਰਕੇ ਕੋਈ ਗੱਲਬਾਤ ਨਹੀਂ ਹੋਈ। ਪਰ ਉਹੀ ਲੋਕ ਅੱਜ ਗੱਲਾਂ ਕਰ ਰਹੇ ਨੇ ਕਿ ਇਹਨਾਂ ਦੀ ਆਪਸ 'ਚ ਬਣਦੀ ਨਹੀਂ। ਛੋਟੇ ਭਰਾ ਨੇ ਵੱਡੇ ਭਰਾ ਨੂੰ ਦੁਕਾਨ ਤੋਂ ਕੱਢਤਾ, ਫੈਮਿਲੀ ਦੇ ਵਿੱਚ ਡਿਸਪਿਊਟ ਚੱਲਦਾ। ਇਹ ਜਿਹੜੀਆਂ ਚੀਜ਼ਾਂ ਨੇ ਨਾ ਆਪਣੀ ਫੈਮਿਲੀ ਨੂੰ ਅੱਗੇ ਜਾ ਕੇ ਬਹੁਤ ਤੰਗ ਕਰਨਗੀਆਂ। ਮੈਂ ਬਹੁਤ ਸੋਚਿਆ, ਬਹੁਤ ਵਿਚਾਰ ਕੀਤਾ। ਦੇਖ, ਕੱਲ੍ਹ ਨੂੰ ਤੇਰਾ ਵੀ ਵਿਆਹ ਹੋਣਾ, ਠੀਕ ਹੈ, ਮੇਰੀ ਵੀ ਅੱਗੋਂ ਫੈਮਿਲੀ ਹੋਣੀ ਹੈ। ਇਹ ਚੀਜ਼ਾਂ ਆਪਣੇ ਅੱਗੇ ਜਾ ਕੇ ਆਪਣੀ ਅਗਲੀ ਜਨਰੇਸ਼ਨ ਨੂੰ ਵੀ ਬਹੁਤ ਤੰਗ ਕਰਨਗੀਆਂ। ਵੀਰੇ, ਹੁਣ ਲੋਕਾਂ ਦੇ ਮੂੰਹ ਤਾਂ ਫੜ ਨਹੀਂ ਨਾ ਸਕਦੇ, ਲੋਕਾਂ ਨੇ ਤਾਂ ਗੱਲਾਂ ਕਰੀ ਜਾਣੀਆਂ, ਚਾਹੇ ਆਪਾਂ ਕੁਛ ਕਰੀਏ ਚਾਹੇ ਨਾ ਕਰੀਏ। ਛੋਟੇ ਵੀਰ, ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ ਹੁੰਦੇ, ਪਰ ਆਪਣੇ ਆਪ ਨੂੰ ਸਾਫ਼ ਤਾਂ ਰੱਖ ਸਕਦੇ ਹਾਂ। ਉਹਨਾਂ ਨੂੰ ਗੱਲਾਂ ਕਰਨ ਦਾ ਮੌਕਾ ਹੀ ਕਿਉਂ ਦਈਏ ਆਪਾਂ? ਤੂੰ ਮੈਨੂੰ ਇਹ ਦੱਸ, ਮੇਰੇ ਕੋਲ ਲਾਡੀ ਵੀ ਹੋ ਕੇ ਗਿਆ, ਸੰਨੀ ਵੀ ਹੋ ਕੇ ਗਿਆ, ਸਿਮਰਨ ਵੀ ਮੇਰੇ ਕੋਲ ਹੋ ਕੇ ਗਈ, ਉਹ ਜਿਹੜੀ ਚੀਜ਼ ਦਾ ਡਰ ਸੀਗਾ ਉਹ ਚੀਜ਼ਾਂ ਸਾਰੀਆਂ ਨਿਕਲ ਗਈਆਂ। ਪਰ ਮੈਨੂੰ ਇੱਕ ਚੀਜ਼ 'ਤੇ ਹੈਰਾਨੀ ਹੋ ਰਹੀ ਹੈ ਕਿ ਤੂੰ ਐਡੇ ਵੱਡੇ ਫੈਸਲੇ ਸਿਰਫ ਇਹ ਗੱਲਾਂ ਕਰਕੇ ਲੈ ਲੈ ਕੇ ਲਾਡੀ ਤਨਖਾਹ ਵਧਾਉਣ ਨੂੰ ਕਹਿ ਰਿਹਾ, ਜਾਂ ਦੁਕਾਨ ਦਾ ਮਾਹੌਲ ਨਹੀਂ ਸਹੀ, ਜਾਂ ਤੂੰ ਦੁਕਾਨ ਸਾਂਭਣੀ ਚਾਹੁੰਦਾ। ਮੈਨੂੰ ਨਹੀਂ ਯਕੀਨ ਹੋ ਰਿਹਾ ਯਾਰ। ਮੇਰੇ ਦਿਮਾਗ 'ਚ ਕਿਸੇ ਨੇ ਪਾਇਆ ਕਿ ਤੂੰ ਪਤਾ ਤਾਂ ਕਰ, ਕੋਈ ਗੱਲ ਹੋਰ ਹੈ? ਜੇ ਕੋਈ ਗੱਲ ਹੋਰ ਹੈ ਤਾਂ ਮੈਨੂੰ ਦੱਸ ਤਾ ਸਹੀ। ਵੀਰੇ, ਇੱਦਾਂ ਦੀ ਤਾਂ ਕੋਈ ਗੱਲ ਨਹੀਂ, ਪਰ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਤੁਹਾਨੂੰ ਗੱਲ ਕਿੱਦਾਂ ਦੱਸਾਂ। ਯਾਰ, ਮੈਂ ਤਾਂ ਹੀ ਤੈਨੂੰ ਬਿਠਾਇਆ, ਜੇ ਤੇਰੇ ਤੋਂ ਗੱਲ ਨਹੀਂ ਹੋ ਰਹੀ ਮੈਂ ਤੈਨੂੰ ਤਾਂ ਹੀ ਇਕੱਲੇ ਨੂੰ ਬਿਠਾਇਆ। ਵੀਰੇ,
ਤੁਸੀਂ ਨਾ ਉਸ ਦਿਨ ਦਰਬਾਰ ਸਾਹਿਬ ਗਏ ਹੋਏ ਸੀ ਅਤੇ ਆਪਣੀ ਦੁਕਾਨ 'ਤੇ ਨਾ ਇੱਕ ਭੈਣ ਜੀ ਆਉਂਦੇ ਨੇ ਭਾਅ ਜੀ ਦੁਕਾਨ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੁਕਾਨ ਨੂੰ 35 ਸਾਲ ਹੋ ਗਏ ਅੱਛਾ ਅਤੇ ਕੌਣ ਹੁੰਦਾ ਇੱਥੇ ਵੈਸੇ ਪਹਿਲੇ ਡੈਡੀ ਹੁਣੀ ਬੈਠਦੇ ਸੀਗੇ ਹੁਣ ਮੈਂ ਅਤੇ ਵੀਰਾ ਬੈਠਦੇ ਹਾਂ ਠੀਕ ਹੈ ਪਰ ਤੁਸੀਂ ਇੰਨਾ ਸਾਰਾ ਕੁਛ ਕਿਉਂ ਪੁੱਛ ਰਹੇ ਹੋ ਮੇਰਾ ਨਾ ਐਕਚੁਅਲੀ ਮੈਰਿਜ ਵੀ ਹੋ ਰਿਹਾ ਵਾ ਅੱਛਾ ਤੁਸੀਂ ਅਨਮੈਰਿਡ ਹੋ ਹਾਂਜੀ ਅੱਛਾ ਅੱਛਾ ਮੈਂ ਕਿਹਾ ਚਲੋ ਕੋਈ ਰਿਸ਼ਤਾ ਕਰਵਾਈਏ ਤੁਹਾਨੂੰ ਪਰ ਉਹ ਤਾਂ ਫਿਰ ਘਰ ਦੇ ਹੀ ਗੱਲ ਕਰਨਗੇ ਨਾ ਠੀਕ ਹੈ ਕੋਈ ਨਹੀਂ ਅਤੇ ਇੱਥੇ ਮਤਲਬ ਤੁਸੀਂ ਹੁੰਦੇ ਹੋ ਜਾਂ ਕੌਣ ਵੀਰਾ ਹੁੰਦਾ ਮੈਂ ਤੇ ਵੀਰਾ ਇਕੱਠੇ ਹੁੰਦੇ ਹਾਂ ਅਸੀਂ ਨਹੀਂ ਇਕੱਠੇ ਨਹੀਂ ਮਤਲਬ ਦੁਕਾਨ ਤੁਹਾਡੀ ਹੈ ਕਿ ਕਿਹਦੇ ਨਾਮ 'ਤੇ ਆ ਐਕਚੁਅਲੀ ਸਾਰਾ ਹਿਸਾਬ ਤਾਂ ਵੀਰਾ ਹੀ ਦੇਖਦਾ ਵਾ ਅੱਛਾ ਅੱਛਾ ਫਿਰ ਔਖਾ ਤੁਹਾਡਾ ਥੋੜ੍ਹਾ ਔਖਾ ਐਕਚੁਅਲੀ ਜੇ ਤੁਹਾਡੀ ਆਪਣੀ ਦੁਕਾਨ ਹੁੰਦੀ ਹੈ ਨਾ ਕੁੜੀ ਵਾਲੇ ਵੀ ਅੱਗੇ ਪੁੱਛਦੇ ਆ ਫਿਰ ਤਾਂ ਬੰਦਾ ਕੋਈ ਰਿਸ਼ਤਾ ਕਰਵਾਉਂਦਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਵੀਰੇ ਦੇ ਨਾਮ 'ਤੇ ਆ ਦੁਕਾਨ ਤਾਂ ਜੁਆਇੰਟ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਚਲੋ ਕੋਈ ਨਹੀਂ ਜਦੋਂ ਕਦੀ ਤੁਸੀਂ ਅਲੱਗ ਹੋਏ ਜਾਂ ਕੋਈ ਵੀ ਗੱਲ ਹੁੰਦੀ ਆ ਹੈ ਨਾ ਤੁਹਾਡਾ ਆਪਣਾ ਬਿਜ਼ਨਸ ਹੁੰਦਾ ਅਤੇ ਮੈਨੂੰ ਦੱਸਿਓ ਮੈਂ ਤਾਂ ਆਉਂਦੀ ਰਹਿੰਦੀ ਹਾਂ ਅਤੇ ਤੁਹਾਡਾ ਰਿਸ਼ਤਾ ਕਰਵਾਉਂਗੀ ਕੋਈ ਠੀਕ ਹੈ ਜੀ ਬਾਵੇ ਬਚਕਾਨੀਆਂ ਹਰਕਤਾਂ ਐਡਾ ਛੋਟਾ ਦਿਮਾਗ ਐਡੀ ਛੋਟੀ ਸੋਚ ਕਿਵੇਂ ਹੋ ਸਕਦੀ ਹੈ ਕਿਸੇ ਦੀ ਕੌਣ ਸਮਝਾਵੇ ਤੈਨੂੰ ਕਿ ਇਹ ਚੀਜ਼ਾਂ ਠੀਕ ਹੈ ਯਾਰ ਮੈਨੂੰ ਇੱਕ ਵਾਰੀ ਕਹਿੰਦਾ ਤਾਂ ਸਹੀ ਮੈਂ ਤੇਰੇ ਨਾਂ ਦਾ ਬੋਰਡ ਲਵਾ ਦਿੰਦਾ ਉੱਥੇ ਪਰ ਤੂੰ ਵੱਡੇ ਦਿਮਾਗ ਨਾਲ ਸੋਚ ਤੂੰ ਆਪਣੇ ਆਪ ਨੂੰ ਵੀਰੇ ਮੈਨੂੰ ਸਮਝ ਹੀ ਨਹੀਂ ਲੱਗੀ ਮੈਨੂੰ ਜੋ ਠੀਕ ਲੱਗਿਆ ਜੋ ਦਿਮਾਗ 'ਚ ਗੱਲਾਂ ਆਈਆਂ ਮੈਂ ਉਹ ਚੀਜ਼ ਕਰਤੀ ਯਾਰ ਤੂੰ ਕਰ ਤਾਂ ਦਿੱਤੀ ਪਰ ਤੂੰ ਦੇਖਣਾ ਉਹਦਾ ਰਿਜ਼ਲਟ ਕੀ ਆ ਰਿਹਾ ਹੋ ਗਿਆ ਜੋ ਤੂੰ ਚਾਹੁੰਦਾ ਸੀ ਨਹੀਂ ਵੀਰੇ ਕਿੱਥੇ ਕਿੱਥੇ ਬਦਨਾਮੀ ਸਹਿਣੀ ਪਈ ਮੈਨੂੰ ਪਤਾ ਲੋਕਾਂ ਦੇ ਪੈਸੇ ਕਿਵੇਂ ਗਏ ਆ ਤੈਨੂੰ ਪਤਾ ਤੇਰੇ ਤੋਂ ਪੇਮੈਂਟਾਂ ਲੈਣ ਕੋਈ ਨਹੀਂ ਆ ਰਿਹਾ ਹੁਣ ਨਾ ਤੈਨੂੰ ਕੋਈ ਆ ਕੇ ਬੋਲਦਾ ਪਿਆ ਕਿ ਸਾਡੀ ਪੇਮੈਂਟ ਰਹਿੰਦੀ ਆ ਤੂੰ ਤਾਂ ਮੇਰਾ ਨਾਮ ਲੈਤਾ ਸੀ ਕਿ ਬਾਈ ਉਹਨਾਂ ਨੇ ਤੇਰੇ ਤੋਂ ਸਮਾਨ ਲਿਆ ਅਤੇ ਉਹਨਾਂ ਤੋਂ ਦੇਖੋ ਦੇਖਿਆ ਤਾਂ ਮੈਂ ਹੀ ਆ ਨਾ ਔਨਲਾਈਨ ਕਿਵੇਂ ਔਡਰ ਆ ਰਿਹਾ ਮੈਨੂੰ ਦੱਸੀ ਤੈਨੂੰ ਤਾਂ ਲੱਗ ਰਿਹਾ ਤੂੰ ਕੰਮ ਸਾਂਭ ਲਿਆ ਸਾਰਾ ਕੁਛ ਸਹੀ ਹੋ ਗਿਆ ਐਵੇਂ ਹੀ ਹੋ ਗਿਆ ਸਹੀ ਯਾਰ ਜਾਂ ਕਰ ਲਾ ਭੈਣ ਜੀ ਨਾਲ ਦੁਬਾਰਾ ਗੱਲ ਜੇ ਹੱਲ ਕਰ ਦਿਆ ਤੇਰਾ ਨਹੀਂ ਵੀਰੇ ਉਹ ਥੋੜ੍ਹੇ ਦਿਨ ਪਹਿਲਾਂ ਆਏ ਸੀਗੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਨੇਲ ਕਟਰ ਦਿਖਾਇਓ ਹਾਂਜੀ ਨਹੀਂ ਨਹੀਂ ਬਸ ਕੋਈ ਨਹੀਂ ਨਾਲੇ ਮੈਂ ਸੁਣਿਆ ਕਿ ਤੁਸੀਂ ਅੱਡ ਅੱਡ ਹੋ ਗਏ ਅੱਡ ਅੱਡ ਹੋ ਗਏ ਮਤਲਬ ਇਹ ਦੁਕਾਨ ਹੁਣ ਤੁਹਾਡੀ ਹੈ ਨਾ ਹਾਂਜੀ ਦੁਕਾਨ ਤਾਂ ਮੇਰੀ ਹੈ ਲੈ ਬਸ ਫਿਰ ਮੈਂ ਤੁਹਾਡਾ ਰਿਸ਼ਤਾ ਕਰਵਾਉਣੀ ਹੈ ਤੁਸੀਂ ਮੈਨੂੰ ਨਾ ਆਪਣੀ ਫੋਟੋ ਭੇਜੋ ਨਹੀਂ ਨਹੀਂ ਹਾਲੇ ਨਾ ਰੁਕ ਜਾਓ ਹਾਲੇ ਕੋਈ ਗੱਲਬਾਤ ਚੱਲਦੀ ਵੀ ਘਰੇ ਤਾਂ ਹਾਲੇ ਉਸ ਹਿਸਾਬ ਨਾਲ ਕੋਈ ਵਿਚਾਰ ਨਹੀਂ ਹੈਗਾ ਮੇਰਾ ਲੈ ਕਿਉਂ ਮੈਂ ਤੁਹਾਨੂੰ ਇੰਨੀ ਵਧੀਆ ਸਲਾਹ ਦੇ ਕੇ ਗਈ ਸੀ ਅਤੇ ਹੁਣ ਤੁਹਾਡੀ ਦੁਕਾਨ ਵੀ ਆਪਣੀ ਹੈ ਹੁਣ ਤੁਹਾਡਾ ਰਿਸ਼ਤਾ ਕਰਵਾਉਣੀ ਹੈ ਨਹੀਂ ਐਕਚੁਅਲੀ ਮਾਰਕੀਟ 'ਚ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ ਉਹ ਸਭ ਝੂਠ ਨੇ ਝੂਠ ਨੇ ਮੈਂ ਤਾਂ ਵੀਰੇ ਹੀ ਦੇਖਦੇ ਹਾਂ ਦੁਕਾਨ ਅੱਛਾ ਮਤਲਬ ਇਹ ਦੁਕਾਨ ਤੁਹਾਡੀ ਨਹੀਂ ਹੈ ਸਾਡੇ ਦੋਨਾਂ ਦੀ ਆ ਸਾਨੂੰ ਕੋਈ ਨਹੀਂ ਅੱਡ ਕਰ ਸਕਦਾ ਠੀਕ ਹੈ ਜੀ ਮਰਜ਼ੀ ਚਲੋ ਤੁਹਾਡੀ ਮੈਂ ਤਾਂ ਕਿਹਾ ਸੀ ਮੈਂ ਤੁਹਾਡਾ ਰਿਸ਼ਤਾ ਕਰਵਾ ਦਿੰਦੀ ਤੁਹਾਡੀ ਦੁਕਾਨ ਹੈ ਰਿਸ਼ਤਾ ਜਦੋਂ ਹੋਣਾ ਹੋਊਗਾ ਹੋ ਜਾਊਗਾ ਜੀ ਪਰ ਅਸੀਂ ਭਰਾਵਾਂ ਨੇ ਦੋਨਾਂ ਨੇ ਹਮੇਸ਼ਾ ਇਕੱਠੇ ਹੀ ਰਹਿਣਾ ਵਾ ਚਲੋ ਠੀਕ ਹੈ ਜੀ ਹਲੋ ਵੈਸੇ ਹਜੇ ਵੀ ਮੌਕਾ ਹੈਗਾ ਤੁਹਾਡੇ ਕੋਲ ਜੇ ਕਹੋ ਤਾਂ ਮੈਂ ਕੋਈ ਦੱਸ ਪਾਉਂਦੀ ਹਾਂ ਨਹੀਂ ਨਹੀਂ ਜੀ ਸਾਨੂੰ ਉਸ ਪਰਮਾਤਮਾ 'ਤੇ ਵਿਸ਼ਵਾਸ ਹੈ ਜੀ ਜਦੋਂ ਰਿਸ਼ਤਾ ਹੋਣਾ ਹੋਊਗਾ ਨਾ ਹੋ ਜਾਊਗਾ ਪਰ ਸਾਨੂੰ ਭਰਾਵਾਂ ਨੂੰ ਕੋਈ ਅਲੱਗ ਨਹੀਂ ਕਰ ਸਕਦਾ ਚਲੋ ਜੀ ਤੁਹਾਡੀ ਮਰਜ਼ੀ ਠੀਕ ਹੈ ਜੀ ਠੀਕ ਹੈ ਜੀ ਆਪ ਹੀ ਤੁਸੀਂ ਸੋਚ ਲਿਆ ਆਪ ਹੀ ਸਾਰਾ ਕੰਮ ਖਰਾਬ ਕਰਤਾ ਯਾਰ ਸਹਿਣਾ ਕਿਹਨੂੰ ਪਿਆ ਮੈਨੂੰ ਫੈਮਲੀ ਨੂੰ ਉਹ ਦੁਕਾਨ 'ਤੇ ਬੱਚੇ ਵਿਚਾਰੇ ਮਿਹਨਤਾਂ ਕਰੀ ਜਾਂਦੇ ਆ ਕਿ ਤੁਸੀਂ ਇਕੱਠੇ ਹੋ ਜਾਓ
आ विचलियां गल्लां हुण निकलदियां पईआं ने। तैनूं इन्ना पता एक वारी परिवार अलग हो जाए ना दुनिया का कोई बंदा नहीं उन्होंने जोड़ता, सब स्वाद लैंदे ने। कोई कोई हुंदा जिहड़ा कवे कि भाई तुसीं नहीं कट्ठे रहो, तुहाडी आपस च बणदी है, तुहाडा इन्ना वधिया कारोबार है, कोई कोई हुंदा। ਵੀਰੇ ਮੈਨੂੰ ਆ ਥੋੜ੍ਹੇ ਦਿਨਾਂ 'ਚ ਇੰਨੀ ਕੁ ਸਮਝ ਲੱਗ ਗਈ ਆ ਕਿ ਜੋ ਵੱਡੇ ਭਰਾ ਦੀ ਜਗ੍ਹਾ ਨਾ ਉਹ ਵੱਡੇ ਭਰਾ ਦੀ ਆ, ਉਹ ਛੋਟਾ ਭਰਾ ਨਹੀਂ ਲੈ ਸਕਦਾ। ਜੋ ਜ਼ਿੰਮੇਵਾਰੀ ਆ ਵੱਡਾ ਭਰਾ ਸਮਝ ਸਕਦਾ ਔਰ ਨਿਭਾ ਸਕਦਾ ਵਾ, ਉਹ ਛੋਟਾ ਭਰਾ ਨਹੀਂ ਸਮਝਾ ਸਕਦਾ ਭਾਅ ਜੀ। ਜੇ ਤੂੰ ਸਮਝੇ ਤਾਂ ਨਾ ਕਿੰਨੀ, ਦੇਖ ਮੇਰੀ ਗੱਲ ਸੁਣ, ਜੇ ਮੈਂ ਤੈਨੂੰ ਨਾ ਬੁਲਾ ਕੇ ਗੱਲ ਕਰਦਾ ਤੂੰ ਕਰਨੀ ਨਹੀਂ ਸੀ, ਆਖਿਰਕਾਰ ਮੈਨੂੰ ਝੁੱਕ ਕੇ ਗੱਲ ਕਰਨੀ ਪਈ ਨਾ। ਮੈਂ ਆਪਣੇ ਆਪ ਨੂੰ ਛੋਟਾ ਫੀਲ ਨਹੀਂ ਕਰ ਰਿਹਾ, ਮੈਂ ਆਪਣੇ ਆਪ ਨੂੰ ਅੱਜ ਵੀ ਵੱਡਾ ਫੀਲ ਕਰ ਰਿਹਾ ਕਿ ਮੈਂ ਇੰਨੀਆਂ ਚੀਜ਼ਾਂ ਸਹਿ ਕੇ ਵੀ ਮੈਨੂੰ ਗੱਲ ਦਾ ਹੀ ਨਹੀਂ ਪਤਾ ਯਾਰ। ਵੀਰੇ ਤੁਸੀਂ ਵੱਡੇ ਹੋ, ਜੇ ਹੁਣ ਤੁਸੀਂ ਜੋ ਕਹੋਗੇ ਨਾ ਮੈਂ ਉਹੀ ਕਰੂੰਗਾ ਭਾਅ ਜੀ। ਜੇ ਤੁਸੀਂ ਕਹੋਗੇ ਨਾ ਮੈਂ ਦੁਕਾਨ 'ਤੇ ਨਾ ਜਾਵਾਂ ਕਿਤੇ ਹੋਰ ਕੰਮ ਕਰਨਾ, ਹੋਰ ਕੰਮ ਕਰ ਲੂੰਗਾ, ਤੁਸੀਂ ਦੁਕਾਨ 'ਤੇ ਆ ਜਾਓ। ਯਾਰ ਮੈਂ ਨਾ ਤੇਰੇ ਵਾਂਗੂ ਗੱਲਾਂ 'ਚ ਨਹੀਂ ਆਉਂਦਾ ਲੋਕਾਂ ਦੀਆਂ, ਮੈਨੂੰ ਉਹ ਲੋਕ ਇੰਨੇ ਭੈੜੇ ਲੱਗਦੇ ਆ ਨਾ ਜਿਹੜੇ ਨਾ ਪਰਿਵਾਰ ਰੋਲ ਦਿੰਦੇ ਆ, ਇਹੋ ਜਿਹੀਆਂ ਗੱਲਾਂ ਕਰਕੇ ਨਾ ਪਰਿਵਾਰ 'ਚ ਫਿੱਕ ਪਾ ਦਿੰਦੇ ਨੇ। ਵੀਰੇ ਆਪਾਂ ਨੂੰ ਪਤਾ ਵਾ ਕਿ ਆਪਾਂ ਦੋਨਾਂ ਨੂੰ ਕੋਈ ਅੱਡ ਨਹੀਂ ਕਰ ਸਕਦਾ। ਤੂੰ ਜਾ ਯਾਰ ਜਿੱਥੇ ਚੱਲਿਆ ਸੀ, ਮੈਂ ਦੇਖਦਾ ਕੀ ਕਰਨਾ। ਬਾਬੇ ਮੈਂ ਤੈਨੂੰ ਕਹਿ ਰਿਹਾ ਦੁਕਾਨ 'ਤੇ ਚੱਲ ਜਾ। ਵੀਰੇ ਮੈਨੂੰ ਇੰਨਾ ਪਤਾ ਵਾ ਜੋ ਤੁਸੀਂ ਫੈਸਲਾ ਲਓਗੇ ਸਹੀ ਲਓਗੇ। ਹਾਂ ਠੀਕ ਹੈ।